ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਛਵੀ ਤੁਹਾਡੇ ਸਭ ਦਾ ਸਵਾਗਤ ਕਰਦੇ ਹਾਂ ਸ਼ੋਅ ਦੇ ਵਿੱਚ, ਜਿਸਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟ। ਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਅਪਡੇਟ ਕਰਨ ਦੇ ਲਈ ਸਾਡੇ ਨਾਲ ਨੇ ਗੋ ਗਲੋਬਲ ਦੇ ਵੀਜ਼ਾ ਐਕਸਪਰਟ ਤੇ ਐਮਡੀ ਮਿਸਟਰ ਨਵਨੀਤ ਸਿੰਘ ਜੀ। ਨਵਨੀਤ ਜੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਛਵੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਮੇਰਾ ਖਿਆਲ ਮੈਂ ਐਡਵਾਂਸ 'ਚ ਹੀ ਕ੍ਰਿਸਮਸ ਦੀਆਂ ਅਤੇ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ ਦੇਦਾਂ ਜਿਹੜੇ ਨਾਲ ਜੁੜੇ ਨੇ। ਪਰ ਛਵੀ, ਇੱਕ ਬੀਤੇ ਦਿਨੀ ਨਾ ਮੈਂ ਕਿਸੇ ਕੋਲ ਬੈਠਾ, ਉਹਨੇ ਬੜੀ ਇੱਕ ਸਿਆਣੀ ਗੱਲ ਕੀਤੀ। ਕਹਿੰਦਾ ਕਾਕੇ, ਸਾਲ ਬਦਲਣਾ ਕੀ ਹੁੰਦਾ? ਇੱਕ ਬਜ਼ੁਰਗ ਕੋਲ ਬੈਠਾ ਸੀਗਾ ਮੈਂ। ਕਹਿੰਦਾ ਸਾਲ ਬਦਲਣਾ ਕੀ ਹੁੰਦਾ? ਕਹਿੰਦਾ ਕੈਨੇਡਾ ਜਿਹੜਾ ਕੈਲੰਡਰ ਹੈ ਉਹਦਾ ਇੱਕ ਵਰਕਾ ਬਦਲਦਾ, ਹੋਰ ਕੁਛ ਨਹੀਂ ਬਦਲਦਾ। ਸੋ ਆਪਾਂ, ਪਰ ਇਹਨੂੰ ਜੇ ਇੱਕ ਯੰਗ ਪਰਸਪੈਕਟਿਵ ਤੋਂ ਲਈਏ, ਇੱਕ ਸੋਚ ਤੋਂ ਲਈਏ, ਇੱਕ ਨਵਾਂ ਮੌਕਾ ਮੰਨ ਸਕਦੇ ਹਾਂ। ਇਹ ਸਾਨੂੰ ਇੱਕ ਤਕਦੀਰ ਨੇ ਮੌਕਾ ਦਿੱਤਾ ਹੁੰਦਾ ਵੀ ਰਬੜ ਨਾ ਪਿਛਲਾ ਸਾਲ ਮਿਟਾ ਕੇ ਅਗਲੇ ਸਾਲ ਆਪਾਂ ਇੱਕ ਨਵੇਂ ਤਰੀਕੇ ਨਾਲ ਗਲਤੀਆਂ ਨੂੰ ਸ਼ੁਰੂ ਕਰ ਲਈਏ, ਉਹ ਗਲਤੀਆਂ ਨੂੰ ਦੁਹਰਾਈਏ ਨਾ। ਸੋ ਮੇਰਾ ਖਿਆਲ, ਮੇਰੀ ਇੱਕੋ ਰਿਕੁਐਸਟ ਹੈਗੀ ਉਹਨਾਂ ਬਜ਼ੁਰਗਾਂ ਦੇ ਸਦਕੇ ਕਿ ਇਹਨੂੰ ਇੱਕ ਸੀਰੀਅਸ ਬਦਲਾਵ ਮੰਨੀਏ। ਇੱਕ ਧਾਰਨਾ ਲੈ ਸਕਦੇ ਹਾਂ ਕਿ ਸਿਰਫ ਕੈਲੰਡਰ ਦਾ ਪੇਜ ਬਦਲਿਆ, ਦੂਜੇ ਪਾਸੇ ਇੱਕ ਆਪਾਂ ਲੈ ਸਕਦੇ ਹਾਂ ਕਿ ਫਰੈਸ਼ ਸਟਾਰਟ। ਇਹ ਖਾਸ ਕਰ ਮੇਰੀ ਯੰਗਰ ਜਨਰੇਸ਼ਨ ਵਾਸਤੇ ਇੱਕ ਫਰੈਸ਼ ਸਟਾਰਟ ਵਾਲੀ ਗੱਲ ਹੈ। ਜਿਹੜੇ ਵੱਡੇ ਨੇ ਜਾਂ ਮੇਰੀ ਉਮਰ ਦੇ ਹੋ ਗਏ ਹੁਣ, ਉਹ ਇਹ ਕਹਿ ਸਕਦੇ ਵੀ ਚਲੋ ਇੱਕ ਸਾਲ ਬਦਲਿਆ। ਪਰ ਯੰਗ ਜਨਰੇਸ਼ਨ ਨੂੰ ਇਹ ਸੋਚਣਾ ਚਾਹੀਦਾ ਵੀ 2016 'ਚ ਉਹ ਕੋਈ ਗਲਤੀ ਨਹੀਂ ਕਰਨੀ ਜਿਹੜੀ 15 ਜਾਂ ਉਹ ਤੋਂ ਪਹਿਲਾਂ ਕੀਤੀਆਂ ਸੀ। ਆਪਣੇ ਕੈਰੀਅਰ ਨੂੰ ਲੈ ਕੇ, ਆਪਣੇ ਜੀਵਨ ਨੂੰ ਲੈ ਕੇ, ਚਾਹੇ ਉਹ ਭਾਰਤ 'ਚ ਰਹਿਣ ਨੂੰ ਹੈ, ਚਾਹੇ ਵਿਦੇਸ਼ ਜਾਣ ਨੂੰ ਹੈ, ਆਪਾਂ ਜ਼ਿਆਦਾ ਸੁਚੇਤ ਹੋਣਾ, ਜ਼ਿਆਦਾ ਜਾਣਕਾਰੀ ਲੈ ਕੇ ਔਰ ਸਹੀ ਫੈਸਲੇ ਲੈਣ ਦੀ ਕੋਸ਼ਿਸ਼ ਕਰਨੀ ਹੈ। ਜੀ ਬਿਲਕੁਲ ਨਵਨੀਤ ਜੀ, ਸਹੀ ਕਿਹਾ ਕਿ ਸਾਲ ਤੇ ਹਰ ਵਾਰੀ ਬਦਲਦੇ ਨੇ, ਲੇਕਿਨ ਸੋਚ ਬਦਲਣੀ ਬਹੁਤ ਜ਼ਰੂਰੀ ਹੈ। ਸੋ ਸਾਡੇ ਪ੍ਰੋਗਰਾਮ ਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਮਕਸਦ ਰਹੇਗਾ ਕਿ ਲੋਕਾਂ ਦੀ, ਸਟੂਡੈਂਟਸ ਦੀ, ਐਪਲੀਕੈਂਟਸ ਦੀ ਜਿਹੜੀ ਸੋਚ ਬਦਲੀ ਜਾਵੇ ਬਾਹਰ ਜਾਣ ਨੂੰ ਲੈ ਕੇ, ਪੇਰੈਂਟਸ ਦੀ ਜਿਹੜੀ ਸੋਚ ਬਦਲੀ ਜਾਵੇ। ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਸ਼ੋਅ ਨੂੰ ਤੁਸੀਂ ਸਾਰੇ ਇੰਨਾ ਜ਼ਿਆਦਾ ਮਾਣ ਅਤੇ ਇੰਨਾ ਜ਼ਿਆਦਾ ਪਿਆਰ ਬਖਸ਼ ਰਹੇ ਹੋ। ਸੋ ਦਰਸ਼ਕੋ, ਅਸੀਂ ਇਸ ਸ਼ੋਅ ਦੀ ਸ਼ੁਰੂਆਤ ਹੈ ਜਿਹੜੀ ਕੈਨੇਡਾ ਤੋਂ ਕਰਦੇ ਹਾਂ। ਜੀ ਬਿਲਕੁਲ, ਕੈਨੇਡਾ ਦੀ ਤਾਂ ਅਸੀਂ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਨਵਨੀਤ ਜੀ, ਥੋੜ੍ਹਾ ਜਿਹਾ ਨਿਊਜ਼ੀਲੈਂਡ ਬਾਰੇ ਮੈਂ ਅੱਜ ਜ਼ਿਆਦਾ ਗੱਲ ਕਰਨਾ ਚਾਹੂੰਗੀ, ਆਸਟ੍ਰੇਲੀਆ ਬਾਰੇ ਜ਼ਿਆਦਾ ਗੱਲ ਕਰਨਾ ਚਾਹੂੰਗੀ, ਕਿਉਂਕਿ ਲਾਸਟ ਸ਼ੋਅ ਦੇ ਵਿੱਚ ਅਸੀਂ ਕੈਨੇਡਾ ਕਾਫੀ ਜ਼ਿਆਦਾ ਡਿਸਕਸ ਕੀਤਾ ਸੀ। ਸੋ ਨਿਊਜ਼ੀਲੈਂਡ ਬਾਰੇ ਸਟੂਡੈਂਟਸ ਨੂੰ ਹਲੇ ਕਾਫੀ ਜ਼ਿਆਦਾ ਕੁਇਰੀਜ਼ ਹੈਗੀਆਂ ਨੇ। ਸੋ ਨਿਊਜ਼ੀਲੈਂਡ ਦੀ ਗੱਲ ਕਰਦੇ, ਨਿਊਜ਼ੀਲੈਂਡ ਦੇ ਸਭ ਨੂੰ ਪਤਾ ਕਿ ਰੂਲਸ ਚੇਂਜ ਹੋ ਚੁੱਕੇ ਨੇ, ਨਿਊਜ਼ੀਲੈਂਡ ਕਾਫੀ ਜ਼ਿਆਦਾ ਐਕਟਿਵ ਹੋ ਚੁੱਕਿਆ ਹੈ। ਸੋ ਸਟਿਲ ਸਟੂਡੈਂਟ ਜਿਹੜੇ ਆਪਣੇ ਪ੍ਰੋਫਾਈਲਸ ਨੂੰ ਜਦੋਂ ਅਪਡੇਟ ਕਰਵਾਉਂਦੇ ਨੇ ਜਾਂ ਪ੍ਰੋਸੈਸ ਕਰਵਾਉਂਦੇ ਨੇ, ਉਹ ਕਾਫੀ ਜ਼ਿਆਦਾ ਨਰਵਸ ਰਹਿੰਦੇ ਨੇ। ਕਿਉਂ? ਜਿਨ੍ਹਾਂ ਦੇ ਵਿੱਚ ਪ੍ਰੋਫਾਈਲ 'ਚ ਕੰਪਲੀਕੇਸ਼ਨਸ ਹੈਗੀਆਂ, ਗੈਪ ਦੀ ਕੰਪਲੀਕੇਸ਼ਨਸ ਹੈਗੀਆਂ, ਜਿਨ੍ਹਾਂ ਦੇ ਗੈਪ ਨੇ ਆਟੋਮੈਟਿਕਲੀ ਕੈਨੇਡਾ ਨਹੀਂ ਜਾ ਸਕਦੇ, ਰਿਜੈਕਟਿਡ ਹੁੰਦੇ ਨੇ, ਉਹ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਾਲੇ ਜਿਹੜਾ ਰੁੱਖ ਕਰਦੇ ਨੇ। ਸੋ ਜੇ ਜਿੱਥੇ ਕੈਨੇਡਾ ਵਰਗੀ ਕੰਟਰੀ ਗੈਪ ਨੂੰ ਐਕਸੈਪਟ ਨਹੀਂ ਕਰਦੀ, ਉੱਥੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਕਿਉਂ ਗੈਪ ਨੂੰ ਐਕਸੈਪਟ ਕਰਦੀ ਹੈ? ਛਵੀ, ਪਹਿਲਾਂ ਤਾਂ ਇਹ ਧਾਰਨਾ ਕਿ ਗੈਪ ਨੂੰ ਕੰਟਰੀ ਐਕਸੈਪਟ ਕਰਦੀ ਕਿ ਨਹੀਂ ਕਰਦੀ, ਇਹ ਇੱਕ ਦੁਨੀਆ ਦੀ ਬਣਾਈ ਹੈ, ਇਹ ਮਨ ਘੜਾਉਂਦੀਆਂ ਲੋਕ ਕਥਾਵਾਂ ਵਰਗੀ ਗੱਲ ਹੈ, ਜੋ ਮਰਜ਼ੀ ਕਹਿ ਲਓ। ਕੈਨੇਡਾ ਵਰਕ ਐਕਸਪੀਰੀਅੰਸ ਨੂੰ ਤਵੱਜੋ ਦਿੰਦਾ, ਬਟ ਉਹ ਵਰਕ ਐਕਸਪੀਰੀਅੰਸ ਦੇ ਉੱਪਰ ਜਾਂਚ ਪੜਤਾਲ ਨਾਮ ਦੇ ਆਧਾਰ 'ਤੇ ਕਰਦਾ ਹੈ ਕਿ ਲੈਟਸ ਸੇ ਇੱਕ ਬੱਚਾ ਇਨਫੋਸਿਸ 'ਚ ਨੌਕਰੀ ਕਰ ਰਿਹਾ, ਟਾਟਾ ਬਿਰਲਾ 'ਚ ਨੌਕਰੀ ਕਰ ਰਿਹਾ, ਉਹਨੂੰ ਵੀਜ਼ੇ ਆਉਂਦੇ ਚਾਂਸ ਜ਼ਿਆਦਾ ਨੇ, ਹਾਲਾਂਕਿ ਉੱਥੋਂ ਵੀ ਰਿਜੈਕਸ਼ਨਸ ਆਉਂਦੀਆਂ ਨੇ। ਦੂਜੇ ਪਾਸੇ ਜੇ ਆਪਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਗੱਲ ਕਰੀਏ, ਨਿਊਜ਼ੀਲੈਂਡ ਜਿਹੜਾ ਹੈਗਾ ਉਹ ਐਕਸਪੀਰੀਅੰਸ ਨੂੰ ਬਹੁਤ ਵੈਲਿਊ ਦਿੰਦਾ। ਮੈਂ 38 ਸਾਲ ਦਾ ਲੜਕਾ, 39 ਸਾਲ, 38 ਸਾਲ ਦੀ ਲੜਕੀ ਤੱਕ ਸਟੂਡੈਂਟ ਵੀਜ਼ੇ 'ਤੇ ਭੇਜੇ ਨੇ, ਜਿਨ੍ਹਾਂ ਨੂੰ 12-12, 14-14 ਸਾਲ ਦਾ ਜੀਵਨ 'ਚ ਤਜ਼ਰਬਾ ਸੀ, ਪਰ ਉਹ ਤਜ਼ਰਬੇ ਪ੍ਰਮਾਣਯੋਗ ਸੀ। ਉਹ ਤਜ਼ਰਬੇ ਇਹ ਨਹੀਂ ਸੀਗੇ ਕਿ ਭਾਅ ਜੀ ਮੈਂ ਸਕੂਲ 'ਚ ਨੌਕਰੀ ਕੀਤੀ ਪਰ ਤਨਖਾਹ ਤਾਂ ਮਿਲੀ ਨਹੀਂ ਕਾਗਜ਼ਾਂ 'ਚ, ਬਾ ਹੈਗਾ ਜੀ ਸਰਟੀਫਿਕੇਟ ਹੈਗਾ, ਜਾਂ ਫਲਾਣੇ ਕੰਪਿਊਟਰ ਸੈਂਟਰ 'ਤੇ ਨੌਕਰੀ ਕੀਤੀ। ਉਹਨੂੰ ਤਵੱਜੋ ਨਿਊਜ਼ੀਲੈਂਡ ਵੀ ਨਹੀਂ ਦਿੰਦਾ, ਆਸਟ੍ਰੇਲੀਆ ਵੀ ਨਹੀਂ ਦਿੰਦਾ। ਸੋ ਛਵੀ, ਜਿੱਥੇ ਪ੍ਰਮਾਣ ਠੋਸ ਨੇ, ਜਿੱਥੇ ਸਬੂਤ ਠੋਸ ਨੇ, ਉੱਥੇ ਆਸਟ੍ਰੇਲੀਆ ਵੀ ਐਕਸੈਪਟ ਕਰਦਾ, ਉੱਥੇ ਨਿਊਜ਼ੀਲੈਂਡ ਵੀ ਐਕਸੈਪਟ ਕਰਦਾ। ਨਿਊਜ਼ੀਲੈਂਡ ਕਿਤੇ ਨਾ ਕਿਤੇ ਜ਼ਿਆਦਾ ਲਿਬਰਲ ਆ, ਵਰਕ ਐਕਸਪੀਰੀਅੰਸ ਹੋ ਰਿਹਾ ਕਿ ਜਿਵੇਂ ਪਹਿਲਾਂ ਦੱਸਿਆ ਮੈਂ 38-38 ਸਾਲ ਦੇ ਬੰਦੇ ਵੀ ਭੇਜੇ ਨੇ। ਜਿੱਥੇ ਇੱਕ ਐਗਜ਼ਾਮਪਲ ਦਿੰਦਾ, ਇੱਕ ਬੰਦੇ ਨੇ ਪਲੱਸ ਟੂ ਕੀਤੀ, ਪਲੱਸ ਟੂ ਤੋਂ ਬਾਅਦ ਉਹਨੇ ITI ਕਰ ਲਈ, ਕਿਸੇ ਮੁਲਕ ਜਾਣਾ ਚਾਹੁੰਦਾ ਸੀ ਨਹੀਂ ਜਾ ਪਾਇਆ, ਉਹਨੇ ਗ੍ਰੈਜੂਏਸ਼ਨ ਕਰ ਲਈ, ਗ੍ਰੈਜੂਏਸ਼ਨ ਆਰਟਸ 'ਚ ਕਰ ਲਈ ਜਾਂ ਸਾਇੰਸ 'ਚ ਕਰ ਲਈ, ਉਹ ਤੋਂ ਬਾਅਦ ਉਹ ਸੇਲਸ ਦੀ ਜੋਬ ਲੱਗ ਗਿਆ। ਜੇ ਆਪਾਂ ਕਿਸੇ ਹੋਰ ਮੁਲਕ 'ਚ ਗੱਲ ਕਰਾਂਗੇ ਤਾਂ ਉਹਨਾਂ ਨੇ ਕਹਿਣਾ ਕਿ ਨਹੀਂ, ਇਹਦੀ ਰੈਲੇਵੈਂਟ ਕੁਆਲੀਫਿਕੇਸ਼ਨ ਵੱਖਰੀ ਹੈ, ਵਰਕ ਐਕਸਪੀਰੀਅੰਸ ਵੱਖਰਾ ਹੈ। ਉੱਥੇ ਨਿਊਜ਼ੀਲੈਂਡ ਕਿਤੇ ਨਾ ਕਿਤੇ ਜੇ ਰਾਈਟ ਵਿੱਚ ਐਕਸਪਲੇਨ ਕਰੀਏ ਕਿ ਮੈਂ ਪੜ੍ਹਾਈ ਕਰਕੇ ਬੈਂਕਿੰਗ 'ਚ ਜੋਬ ਕਰਨ ਲੱਗ ਪਿਆ ਜਾਂ ਇੰਸ਼ੋਰੈਂਸ 'ਚ ਜੋਬ ਕਰਨ ਲੱਗ ਪਿਆ, ਜਾਂ ਮੈਂ ਟੈਲੀਕਾਮ 'ਚ ਜਾਂ ਰਿਟੇਲ ਸੈਕਟਰ 'ਚ ਜਾਂ ਫਾਰਮੇਸੀ ਜਾਂ ਨਰਸਿੰਗ ਕਿਸੇ ਵੀ ਸੈਕਟਰ 'ਚ ਜੋਬ ਕਰ ਰਿਹਾ, ਚਾਹੇ ਮੈਨੂੰ 10 ਸਾਲ ਹੋ ਗਏ ਜੋਬ ਕਰਦਿਆਂ ਨੂੰ, ਮੇਰੀ ਪੜ੍ਹਾਈ ਨਾਲ ਜਿਹੜੀ ਕਰਨ ਜਾ ਰਿਹਾ ਤਾਂ ਜਿਹੜੀ ਮੈਂ ਨੌਕਰੀ ਕਰਾਂ ਮੇਲ ਖਾਂਦੀ, ਨਿਊਜ਼ੀਲੈਂਡ ਵੀਜ਼ਾਸ ਦਿੰਦਾ। ਇੱਕ ਬੱਚੇ ਨੇ ਇੱਥੇ MA ਕੀਤੀ ਹੋਵੇ, ਲੈਟਸ ਸੇ MA ਤੋਂ ਬਾਅਦ ਉਹ ਸੇਲਸ ਦੀ ਜੋਬ ਕਰ ਰਿਹਾ, ਨਿਊਜ਼ੀਲੈਂਡ ਉਹਨੂੰ ਲੈਵਲ 7 ਤੱਕ 'ਚ ਵੀਜ਼ਾ ਦਿੰਦਾ। ਸੋ ਇੰਨਾ ਕੁ ਨਿਊਜ਼ੀਲੈਂਡ ਉਸ ਪਾਸੇ ਓਪਨ ਹੈ। ਆਸਟ੍ਰੇਲੀਆ ਕਿਤੇ ਨਾ ਕਿਤੇ ਡਬਲ ਮਾਸਟਰਸ ਦਾ ਪੰਗਾ ਪਾਉਂਦਾ ਜਾਂ ਐਕਸਪੀਰੀਅੰਸ ਨੂੰ ਲੈ ਕੇ ਸਟ੍ਰਿਕਟ ਹੈ। ਸੋ ਨਿਊਜ਼ੀਲੈਂਡ ਦੀ ਜਿਹੜਾ ਰਵੱਈਆ ਹੈਗਾ ਛਵੀ, ਉਹ ਇੱਕ ਪੋਜ਼ਿਟਿਵ ਐਕਸਪੀਰੀਅੰਸ ਨੂੰ।
ਜੈਨੂਇਨਨੈਸ ਨੂੰ ਸਪੋਰਟ ਮਿਲਦੀ ਹੈ। ਅਸੀਂ ਨਰਸਿੰਗ 'ਚ ਲੜਕੀਆਂ ਭੇਜੀਆਂ ਜਿਨ੍ਹਾਂ ਕੋਲ 6-6, 7-7 ਸਾਲ ਦੇ ਇੱਥੇ ਸਟਾਫ ਨਰਸ ਦੇ ਐਕਸਪੀਰੀਅੰਸ ਸੀ, ਉਹਨੂੰ ਹੈਲਥ ਦੇ ਪ੍ਰੋਗਰਾਮਸ ਮਿਲੇ। ਨਿਊਜ਼ੀਲੈਂਡ ਇੱਥੋਂ ਤਾਂ ਹੀ ਐਕਸਪੀਰੀਅੰਸ ਜੈਨੂਇਨ ਹੈਗਾ, ਮੈਨੂੰ ਅੱਜ ਤੱਕ ਯਾਦ ਮੈਂ ਇੱਕ ਲੜਕੀ ਇੱਥੋਂ ਭੇਜੀ ਸੀਗੀ, ਉਹ ਨਿਊਜ਼ੀਲੈਂਡ ਲਿਮਿਟਿਡ ਪਰਪਸ ਵੀਜ਼ਾ 'ਤੇ ਗਈ ਸੀ LPV ਦੇ ਉੱਪਰ, ਜਿਹਦੇ ਵਿੱਚ ਉਹਨੂੰ ਅੱਗੇ ਕੰਮ ਕਰਨ ਦੇ ਰਾਈਟਸ ਨਹੀਂ ਸੀਗੇ। ਉਹ ਪੜ੍ਹਾਈ ਖਤਮ ਕਰਨ ਸਾਰ ਦੇਸ਼ ਪਰਤ ਕੇ ਵਿਆਹ ਹੋ ਕੇ ਅੱਜ ਉਹ ਲੜਕੀ ਦੁਬਾਰਾ ਉੱਥੇ ਪੜ੍ਹਨ ਗਈ ਹੈ। ਸੋ ਉਸ ਪਾਸਿਓਂ ਨਿਊਜ਼ੀਲੈਂਡ ਕਾਫੀ ਓਪਨ ਹੈ, ਨਿਊਜ਼ੀਲੈਂਡ ਕੰਸਿਡਰੇਟ ਹੈ। ਨਿਊਜ਼ੀਲੈਂਡ ਦੇ ਵਿੱਚ ਪਤਾ ਛਵੀ ਪ੍ਰੋਬਲਮ ਕੀ ਰਹੀ, ਪੰਜਾਬ ਨੇ ਉੱਥੇ ਸਿਰਫ ਇੱਕੋ ਹੀ ਕੋਰਸ ਦੇਖਿਆ, Level 5 in Business, Level 7 in Business, Level 5 in IT, Level 5-7 in IT, ਦੋ ਕੋਰਸਿਸ 'ਤੇ ਆਪਾਂ ਪੰਜਾਬ ਨੂੰ ਸੋਚਿਆ ਵੀ ਨਿਊਜ਼ੀਲੈਂਡ ਚੱਲਦਾ। ਜਦੋਂ ਮੈਂ ਕੁੱਕਰੀ ਲਿਆਂਦੀ ਮੈਨੂੰ ਅੱਜ ਤੱਕ ਯਾਦ ਹੈ, ਮੈਨੂੰ ਕਈ ਲੋਕਾਂ ਨੇ ਤਾਣੇ ਮਾਣੇ, ਹੁਣ ਤੂੰ ਕਹਿੰਦਾ ਆਪਣੇ ਮੁੰਡੇ ਰਸੋਈਏ ਬਣਾਏਗਾ, ਬਹਾਦਰ ਲਵਾਏਗਾ, ਲੋਕਾਂ ਨੇ ਇਹੋ ਜਿਹੇ ਡਾਇਲੋਗ ਤੱਕ ਮਾਰੇ। ਪਰ ਅੱਜ ਉਹੀ ਮੁੰਡੇ ਜਿਹੜੇ ਸ਼ੈੱਫ ਨੇ, ਬੇਕਰ ਨੇ, PR ਕਿੰਨੇ ਲਿਜਾ ਚੁੱਕੇ ਨੇ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੁੰਡਾ ਕੋਈ ਆਫਿਸ ਮਿਲ ਕੇ ਜਾਂਦਾ ਹੈ, ਬੀਤੇ ਹਫ਼ਤੇ ਵੀ ਇੱਕ ਦੋ ਲੜਕੇ ਆ ਕੇ ਮਿਲ ਕੇ ਗਏ, ਬਾਹਲੀ ਰੂਹ ਨੂੰ ਸਕੂਨ ਮਿਲਦੀ ਜਦੋਂ ਆ ਕੇ ਕਹਿੰਦੇ ਭਾਜੀ PR ਹੋ ਗਈ। ਸੋ ਮੈਂ ਨਹੀਂ ਕਹਿ ਰਿਹਾ ਮੈਂ ਨਿਊਜ਼ੀਲੈਂਡ, ਮੇਰੇ ਭੱਜੇ ਬੱਚਿਆਂ ਦੀ PR ਹੋ ਗਈ ਹੈ, ਸਭ ਦੀ PR ਹੋ ਜਾਂਦੀ ਹੈ। ਬਹੁਤ ਸਾਰੇ ਬੱਚੇ ਉੱਥੇ PR ਲਈ ਮਿਹਨਤ ਮੁਸ਼ਕਤ ਵੀ ਕਰ ਰਹੇ, ਕਈ ਬੱਚੇ ਉੱਥੋਂ ਬਰੰਗ ਵਾਪਸ ਵੀ ਆਏ ਆ। ਪਰ ਨਿਊਜ਼ੀਲੈਂਡ ਦੇ ਵਿੱਚ ਜਦੋਂ ਤੁਸੀਂ ਇੱਕ ਕੁਆਲੀਫਿਕੇਸ਼ਨ ਦੇ ਆਧਾਰ 'ਤੇ ਜਾਂਦੇ ਹੋ, ਉਹਦੇ 'ਚ ਤੁਹਾਨੂੰ ਡਿਊਲ ਐਡਵਾਂਟੇਜਸ ਹੈ। ਇੱਕ ਖਾਸ ਕਰ BTECH ਵਾਲੇ ਮੁੰਡਿਆਂ ਦੀ ਮੇਰੇ ਕੋਲ ਹੈਗੇ ਹੈ, ਕਈ BTECH ਕੀਤੀ, ਉਸ ਤੋਂ ਬਾਅਦ ਉਹਨੇ ਚਾਹੇ ਪ੍ਰੋਜੈਕਟ ਮੈਨੇਜਮੈਂਟ ਦਿੱਤਾ, ਚਾਹੇ ਲੋਜਿਸਟਿਕ ਲਿੱਤਾ, ਚਾਹੇ ਰਿਟੇਲ ਲਿੱਤਾ, ਚਾਹੇ ਸਿੰਪਲ ਬਿਜ਼ਨਸ ਦਾ ਪ੍ਰੋਗਰਾਮ ਲਿੱਤਾ, ਉਹਦੇ ਕੋਲ ਦੋ ਆਪਸ਼ਨ ਹੋ ਗਈਆਂ। ਉਹ ਆਪਣੀ BTECH ਵੀ ਉੱਥੇ ਅਸੈਸ ਕਰਕੇ ਜੋਬ ਲੱਭ ਸਕਦਾ, ਜਿਹੜੀ ਪੜ੍ਹਾਈ ਕਰਨ ਜਾ ਰਿਹਾ ਉਹਦੀ ਵੀ ਜੋਬ ਲੱਭ ਸਕਦਾ। ਮੈਂ ਛਵੀ ਇੱਕ ਲੜਕਾ ਇੱਥੋਂ ਭੇਜਿਆ, ਮੇਰੇ ਰਿਸ਼ਤੇਦਾਰੀ 'ਚੋਂ ਕਹਿ ਸਕਦੇ ਤੁਸੀਂ ਮੁੰਡੇ ਨੂੰ, ਉਹ ਅੱਜ ਮੁੰਡਾ ਪੜ੍ਹਾਈ ਕਰ ਰਿਹਾ, ਉਹਦੀ 1.5 ਮਹੀਨਾ ਨੌਕਰੀ ਦਾ ਪ੍ਰੋਸੈਸ ਚੱਲਿਆ, ਅੱਜ ਉਹ ਆਕਲੈਂਡ ਏਅਰਪੋਰਟ 'ਤੇ ਜੋਬ ਕਰ ਰਿਹਾ। ਉਹ ਮੁੰਡਾ ਇੱਥੋਂ ਲੋਜਿਸਟਿਕ ਦੇ ਪ੍ਰੋਗਰਾਮ 'ਚ ਗਿਆ, ਜੋ ਏਅਰਪੋਰਟ ਦੇ ਵਿੱਚ ਜੋਬ ਕਰ ਰਿਹਾ, ਇਹਨਾਂ ਮੁੰਡਿਆਂ ਨੂੰ PR ਬਣਨ 'ਚ ਕਸ਼ਟ ਕਿਉਂ ਆਊਗਾ? ਦੂਜੇ ਪਾਸੇ ਨਿਊਜ਼ੀਲੈਂਡ 'ਚ ਬਹੁਤ ਵੱਡੀ ਨੈਗੇਟਿਵਿਟੀ ਕਿ ਨਿਊਜ਼ੀਲੈਂਡ 'ਚ ਕੰਮ ਨਹੀਂ ਹੈ। ਸੱਚ ਹੈ, ਨਿਊਜ਼ੀਲੈਂਡ 'ਚ ਕੰਮ ਆਸਟ੍ਰੇਲੀਆ ਨਾਲੋਂ ਘੱਟ ਹੈ, ਨਿਊਜ਼ੀਲੈਂਡ 'ਚ ਕੰਮ ਕੈਨੇਡਾ ਨਾਲੋਂ ਘੱਟ ਹੈ, ਬਟ ਕੀ ਆਪਾਂ ਇਕੱਲਾ ਕੰਮ ਕਰਨ ਜਾ ਰਹੇ ਹਾਂ? ਕੰਮ ਕਿਹਦੇ ਲਈ ਘੱਟ? ਆਪਾਂ ਅੰਡਰਸਟੈਂਡ ਕੀਤਾ ਕਿ ਉਹਨੂੰ ਇੰਗਲਿਸ਼ ਆਉਂਦੀ ਕਿ ਨਹੀਂ ਆਉਂਦੀ, ਉਹਦੀ ਲੁੱਕਸ ਕਿਵੇਂ, ਉਹਨੂੰ ਬੋਲਣ ਦਾ ਜਾਚ ਕਿਵੇਂ, ਉਹ ਆਉਂਦਾ ਕਿ ਨਹੀਂ ਆਉਂਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਮੀਕਰਨ ਕਰੀਏ, ਇਕੱਲਾ ਇਹਨੂੰ ਸੋਚੀਏ ਕਿ ਇੱਕ ਮੁਲਕ 'ਚ ਕੰਮ ਬਹੁਤ ਹੈ ਜਾਂ ਇੱਕ ਮੁਲਕ 'ਚ ਕੰਮ ਬਹੁਤ ਘੱਟ ਹੈ। ਜੇ ਉਸ ਰੁੱਖੋਂ ਗੱਲ ਕਰੋ, ਮੇਰੇ ਕੋਲ ਇੱਕ ਬੰਦਾ ਬੈਠਾ ਕਹਿੰਦਾ ਨਿਊਜ਼ੀਲੈਂਡ ਨੇ ਮਿਨੀਮਮ ਵੇਜ ਰੇਟ ਬਣਾ ਤਾ ਜੀ, ਮੈਂ ਕਿਹਾ ਅੱਛਾ ਜੀ, ਕਹਿੰਦਾ ਹੁਣ ਤਾਂ 600 ਰੁਪਏ ਘੰਟਾ ਮਿਲਣ ਲੱਗ ਪਿਆ। ਦੂਜੇ ਪਾਸੇ ਲੋਕ ਇਹੋ ਜਿਹੀ ਗੱਲਾਂ ਕਰਦੇ, ਬੱਚਿਆਂ ਨੂੰ ਗੁੰਮਰਾਹ ਕਰਦੇ। ਸੋ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਵੀ ਇੰਨੇ ਡਾਲਰ ਪਰ ਆਵਰ ਰੇਟ ਹੈ ਨਿਊਜ਼ੀਲੈਂਡ ਦਾ, ਉਹ ਕੈਨੇਡਾ 'ਚ ਘੱਟ ਹੈ ਜੀ, ਆਸਟ੍ਰੇਲੀਆ 'ਚ ਵੱਧ ਹੈ ਜੀ। ਇਹਨਾਂ ਚੀਜ਼ਾਂ 'ਚ ਆਪਾਂ ਨਾ ਪਈਏ, ਆਪਾਂ ਅੰਡਰਸਟੈਂਡ ਕਰੀਏ ਕਿ ਕਿਹੜੀ ਕੰਟਰੀ ਦੀ ਪਾਲਿਸੀ ਕੀ ਕਹਿੰਦੀ ਹੈ। ਆਸਟ੍ਰੇਲੀਆ ਸਟੂਡੈਂਟ ਜਾਂਦਾ, ਉਹ ਕਹਿੰਦੇ ਜੈਨੂਇਨ ਟੈਂਪਰੇਰੀ ਐਂਟਰੈਂਟ, ਨਿਊਜ਼ੀਲੈਂਡ ਕਹਿੰਦਾ ਸਟੱਡੀ ਵਰਕ ਐਂਡ ਸੈਟਲ। ਸੋ ਇਹ ਆਪਾਂ ਕਾਲ ਲੈਣੀ ਹੈ ਕਿ ਜਿਹੜਾ ਤਜਰਬਾ ਸਾਨੂੰ ਇੱਥੇ, ਆਪਾਂ ਵਾਪਸ ਤਜਰਬੇ 'ਤੇ ਆਉਂਦੇ ਹਾਂ ਕਿ ਉਸ ਤਜਰਬੇ ਦਾ ਮੁੱਲ ਆਸਟ੍ਰੇਲੀਆ 'ਚ ਜ਼ਿਆਦਾ ਜਾਂ ਉਸ ਤਜਰਬੇ ਦਾ ਮੁੱਲ ਨਿਊਜ਼ੀਲੈਂਡ 'ਚ ਜ਼ਿਆਦਾ। ਹੁਣ ਕਈ ਬੱਚੇ ਨੇ ਜਿਨ੍ਹਾਂ ਕੋਲ ਇੱਥੇ ਵੱਡੀ ਟੈਲੀਕਾਮ ਕੰਪਨੀ ਦਾ ਐਕਸਪੀਰੀਅੰਸ ਹੈ ਜਾਂ ਰਿਟੇਲ ਸੈਕਟਰ ਦਾ ਐਕਸਪੀਰੀਅੰਸ ਹੈ, ਉਹਨਾਂ ਨੂੰ ਆਸਟ੍ਰੇਲੀਆ 'ਚ ਵੀ ਬੜੀ ਐਡਵਾਂਟੇਜ ਹੈ। ਆਸਟ੍ਰੇਲੀਆ 'ਚ ਵੀ ਜਿਹੜੇ ਐਕਸਪੀਰੀਅੰਸਡ ਬੱਚੇ ਗਏ ਜਿਨ੍ਹਾਂ ਕੋਲ 2-2 ਸਾਲ, 7-7 ਸਾਲ ਦਾ ਤਜਰਬਾ ਸੀ, ਉਹ ਕਿਤੇ ਨਾ ਕਿਤੇ ਇੱਕ ਪਲੱਸ 2 ਵਾਲੇ ਬੱਚੇ ਨਾਲੋਂ ਜ਼ਿਆਦਾ ਸਫਲ ਹੋਏ। ਨਵਨੀਤ ਜੀ, ਸਟੂਡੈਂਟ ਜਿਹੜੇ ਜ਼ਿਆਦਾਤਰ ਜਿਹੜੇ ਪੰਜਾਬ ਦੇ ਵਿੱਚ ਮਿਸਗਾਈਡ ਕੰਸਲਟੈਂਟ ਦੇ ਹੱਥੋਂ ਹੋ ਰਿਹਾ ਕਿ ਚੱਲ ਐਕਸਪੀਰੀਅੰਸ ਕੋਈ ਨਹੀਂ ਹੈ, ਕੋਈ ਇੰਨੇ ਪੈਸੇ ਲੱਗਣਗੇ, ਅਸੀਂ ਕੋਈ ਸਰਟੀਫਿਕੇਟ ਬਣਾ ਦਿੰਦੇ ਹਾਂ, ਅਸੀਂ ਕੰਪਿਊਟਰ ਸਰਟੀਫਿਕੇਟ ਬਣਾ ਦਿੰਦੇ, ਕੋਈ ਹੋਰ ਐਕਸਪੀਰੀਅੰਸ ਸਰਟੀਫਿਕੇਟ ਬਣਾ ਦਿੰਦੇ ਹਾਂ, ਅਤੇ ਉਸ ਬੇਸ 'ਤੇ ਜਿਹੜੇ ਬੱਚਿਆਂ ਨੂੰ ਠੱਗਿਆ ਜਾ ਰਿਹਾ। ਇਹ ਤਾਂ ਸਭ ਨੂੰ ਪਤਾ ਕਿ ਆਉਣੀਆਂ ਇਹ ਸਰਟੀਫਿਕੇਟਸ ਦੇ ਬੇਸ 'ਤੇ ਰਿਜੈਕਸ਼ਨਸ ਹੀ ਹੈ, ਕੰਸਲਟੈਂਟ ਨੂੰ ਆਪ ਪਤਾ ਹੋਣਾ। ਛਵੀ, ਇੱਥੇ ਨਾ ਬੱਚਾ ਥੋੜ੍ਹਾ ਕਸੂਰ ਮੰਨਦਾ। ਮੈਂ ਕਈ ਸਾਲਾਂ ਤੋਂ ਕਹਿ ਰਿਹਾ ਵੀ ਇੱਕ ਗੱਲ ਯਾਦ ਰੱਖਿਓ, ਤੁਸੀਂ ਜ਼ਿੰਦਗੀ 'ਚ ਇੱਕ ਫਾਈਲ ਲਾ ਲਈ, 2 ਫਾਈਲ ਲਾ ਲਈਆਂ, ਮੈਂ ਰੋਜ਼ ਹਰ ਮੁਲਕ ਦੀ ਇੱਕ ਫਾਈਲ ਲਾ ਲਾਂਗਾ। ਇੱਕ ਵੀਜ਼ਾ ਅਫਸਰ ਦਿੰਦੀਆਂ 20 ਫਾਈਲਾਂ ਦੇਖਦਾ, ਅਤੇ ਉਹਦੇ ਉੱਪਰ ਮੈਨੇਜਰ ਉਹੋ ਜਿਹੇ 20 ਅਫਸਰਾਂ ਨੂੰ ਦੇਖਦਾ, ਉਹਨਾਂ ਕੋਲ ਸਾਰੀ ਚੀਜ਼ ਦੀ ਜਾਣਕਾਰੀ ਹੈ। ਅਸੀਂ ਸਿਸਟਮ ਤੋਂ ਜੇਤੂ ਨਹੀਂ ਹੋ ਸਕਦੇ, ਆਪਾਂ ਬੇਵਕੂਫ ਨਾ ਬਣੀਏ। ਜੇ ਤੁਹਾਨੂੰ ਮੇਰੇ ਵਰਗੇ ਜਾਂ ਕਿਸੇ ਹੋਰ ਸੱਜਣ ਨੇ ਕਹਿਤਾ ਵੀ ਤੂੰ 2012 ਪਾਸ ਆਊਟ ਹੈ, ਤੇਰਾ ਨਹੀਂ ਹੋਣਾ ਇੱਥੇ ਜੋਬ ਕਰ, ਜਾਂ ਕੁਛ ਸਮੇਂ ਬਾਅਦ ਕਰ, ਆਪਾਂ ਕਹਿੰਦੇ ਲੈ ਲੈ, ਇਹਨੇ ਤਾਂ ਸਕੀਮ ਨਹੀਂ ਲਈ। ਦੂਜੇ ਬੰਦੇ ਨੇ ਸਕੀਮ ਲਾਤੀ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਪਹਿਲਾਂ ਤੁਸੀਂ ਪਹੁੰਚਦੇ ਨਹੀਂ। ਜੇ ਪਹੁੰਚ ਗਏ ਉਦੋਂ ਬਾਅਦ ਕੀ ਕਰੋਗੇ? ਮੈਂ ਕਹਿੰਦਾ ਜੀ, ਇੱਕ ਬੱਚਾ ਝੂਠੇ ਦਸਤਾਵੇਜ਼ਾਂ 'ਤੇ ਉਹ ਨਿਊਜ਼ੀਲੈਂਡ ਪਹੁੰਚ ਗਿਆ ਜਾਂ ਆਸਟ੍ਰੇਲੀਆ ਪਹੁੰਚ ਗਿਆ, ਉਸ ਤੋਂ ਬਾਅਦ ਕੀ ਉਸ ਲੈਵਲ ਦੀ ਪੜ੍ਹਾਈ ਉਸ ਕਾਲਜ 'ਚ ਕਰ ਸਕੇਗਾ? ਕੀ ਉਹ ਉੱਥੇ ਪਾਸ ਹੋ ਸਕੇਗਾ? ਕੀ ਉੱਥੇ ਕੱਲ੍ਹ ਨੂੰ ਪੋਸਟ ਸਟੱਡੀ ਵਰਕ ਵੀਜ਼ਾਸ ਲੈ ਸਕੇਗਾ? ਇਸ ਚੀਜ਼ ਨੂੰ ਵੀ ਝਾਤ ਮਾਰ ਲਓ। ਮੈਂ ਕਹਿੰਦਾ ਤੁਹਾਡਾ ਏਜੰਟ ਬੜਾ ਜੁਗਾੜੀ ਸੀ, ਤੁਹਾਨੂੰ ਉਹਨੇ ਭੇਜ ਤਾ ਜੀ, ਬਟ ਉਸ ਤੋਂ ਬਾਅਦ ਕੀ ਹੋਏਗਾ ਵੀ ਸੋਚ ਲਓ, ਉਸ ਤੋਂ ਬਾਅਦ ਕਿਹੜੇ ਜੁਗਾੜ ਲਾਉਂਗੇ? ਇਕੱਲਾ ਪਹੁੰਚਣਾ ਮਹਿਮ ਨਾ ਰੱਖੋ। ਦੁਖੀ ਆਸਟ੍ਰੇਲੀਆ 'ਚ ਵੀ ਲੋਕੀ ਨੇ, ਦੁਖੀ ਨਿਊਜ਼ੀਲੈਂਡ 'ਚ ਵੀ ਹੈ, ਦੁਖੀ ਸਟੂਡੈਂਟ ਕੈਨੇਡਾ 'ਚ ਵੀ ਹੁੰਦਾ। ਜੇ ਕੋਈ ਕਹਿੰਦਾ ਵੀ ਇਹਨਾਂ ਮੁਲਕਾਂ 'ਚ ਜੰਨਤ ਹੈ, ਇਹ ਗੱਲਾਂ ਗਲਤ ਹੈ। ਜਿਹੜੇ ਬੱਚੇ ਉੱਥੇ ਪਹੁੰਚੇ ਉਹਨਾਂ ਨੂੰ ਪੁੱਛੋ ਵੀ ਕਿੰਨੀਆਂ ਕਿੰਨੀਆਂ ਔਂਕੜਾਂ ਪਾਰ ਕਰਕੇ ਉਹ ਪੜ੍ਹਾਈ ਕਰਦੇ ਹੈ, ਪੈਸੇ ਕਮਾਉਂਦੇ ਹੈ,
ਬਿਲਕੁਲ ਦਰਸ਼ਕੋ, ਯਾਨੀ ਕਿ ਬਿਲਕੁਲ ਵੀ ਮਿਸਗਾਈਡ ਨਾ ਹੋਵੋ ਇਸ ਤਰ੍ਹਾਂ ਦੇ ਫੇਕ ਡਾਕੂਮੈਂਟਸ 'ਤੇ, ਬਿਲਕੁਲ ਵੀ ਤੁਹਾਨੂੰ ਜਿਹੜਾ ਹੈ ਡਿਪੈਂਡ ਨਹੀਂ ਹੋਣਾ ਚਾਹੀਦਾ। ਜੈਨੂਇਨ ਐਕਸਪੀਰੀਅੰਸ ਦਿਖਾਵੋ, ਗੈਪ ਨੂੰ ਜੈਨੂਇਨਟੀ ਨਾਲ ਜਿਹੜਾ ਹੈਗਾ ਤੁਹਾਨੂੰ ਜਸਟੀਫਾਈ ਕਰਨਾ ਚਾਹੀਦਾ ਹੈ। ਖੈਰ, ਜੇ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਜਾਂ ਕੋਈ ਸਲਾਹ ਲੈਣਾ ਚਾਹੁੰਦੇ ਕਿਸੇ ਵੀ ਕੰਟਰੀ ਦੇ ਰਿਗਾਰਡਿੰਗ, ਤਾਂ ਤੁਸੀਂ ਗੋ ਗਲੋਬਲ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਇਹਨਾਂ ਦੇ ਆਫਿਸ ਜਲੰਧਰ, ਅੰਮ੍ਰਿਤਸਰ, ਮੋਗਾ, ਰੁਦਰਪੁਰ ਅਤੇ ਚੰਡੀਗੜ੍ਹ ਹੈ। ਤੁਸੀਂ ਇਹਨਾਂ ਦੇ ਕਿਸੇ ਵੀ ਨੀਅਰ ਬਾਈ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟਸ ਲੈ ਕੇ ਜਾਓ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜਾਓ ਅਤੇ ਸਹੀ ਅਤੇ ਸੁਚੱਜੀ ਸਲਾਹ ਲੈ ਕੇ ਹੀ ਆਪਣੀ ਫਾਈਲ ਨੂੰ ਪ੍ਰੋਸੈਸ ਕਰਾਓ। ਅਤੇ ਹੁਣ ਇਸ ਦੇ ਨਾਲ ਨਿਊਜ਼ੀਲੈਂਡ ਤੋਂ ਬਾਅਦ ਮੈਂ ਆਸਟ੍ਰੇਲੀਆ ਦਾ ਵੀ ਥੋੜ੍ਹੀ ਜਿਹੀ ਝਾਤ ਜ਼ਰੂਰ ਪਾਉਣਾ ਚਾਹੂੰਗੀ, ਕਿਉਂਕਿ ਐਡਵਾਂਸ ਡਿਪਲੋਮੇ ਦੇ ਨਾਂ 'ਤੇ ਹੁਣ ਕਾਫੀ ਜ਼ਿਆਦਾ ਕੇਸਿਸ ਨੂੰ ਪ੍ਰੋਸੈਸ ਕੀਤਾ ਜਾ ਰਿਹਾ ਹੈ, ਜਿਹੜੇ ਕਦੀ ਜਿਨ੍ਹਾਂ ਦੇ ਵਿੱਚ ਪਹਿਲਾਂ ਵੀਜ਼ਾ ਨਹੀਂ ਆਉਂਦਾ ਸੀ, ਕਾਫੀ ਵੀਜ਼ਾ ਰਿਜੈਕਟ ਹੋ ਚੁੱਕੇ ਨੇ, ਲੇਕਿਨ ਹੁਣ ਐਡਵਾਂਸ ਡਿਪਲੋਮਾ SVP ਕੈਟੇਗਰੀ ਦੇ ਵਿੱਚ ਆ ਚੁੱਕਾ ਹੈ। ਅਤੇ ਕੀ ਹੁਣ ਐਡਵਾਂਸ ਡਿਪਲੋਮਾ ਦੇ ਵਿੱਚ ਜਾ ਕੇ ਆਸਟ੍ਰੇਲੀਆ ਸਟੂਡੈਂਟਸ ਦਾ ਕਰੀਅਰ ਹੈ ਜਾਂ ਨਹੀਂ? ਛਵੀ, ਕਰੀਅਰ ਹੋਣਾ ਨਾ ਹੋਣਾ ਬਾਅਦ ਦੀ ਗੱਲ ਹੈ। ਐਡਵਾਂਸ ਡਿਪਲੋਮਾ ਅਸੀਂ ਵੀ ਪ੍ਰਮੋਟ ਕਰਦੇ, ਮੈਂ ਵੀ ਕਰਦਾ, ਨਹੀਂ ਕਿ ਮੈਂ ਨਹੀਂ ਕਰਦਾ, ਬਟ ਸਵਾਲ ਇਹ ਹੈ ਕਿ ਐਡਵਾਂਸ ਡਿਪਲੋਮਾ ਕਿਹੜੇ ਕਾਲਜ ਜਾ ਰਹੇ ਹਾਂ, ਕਿੰਨੇ ਪਰਸੈਂਟ 'ਤੇ ਜਾ ਰਹੇ ਹਾਂ, ਜੋ ਆਉਂਦੇ ਹੋਏ ਬਦਲਾਵ ਲੱਗ ਰਹੇ ਨੇ, ਕਿਤੇ ਨਾ ਕਿਤੇ ਐਡਵਾਂਸ ਡਿਪਲੋਮਾ 'ਚ ਜਿਹੜੇ ਵੀਕ ਕੇਸਿਸ ਸੀ, ਜਿਨ੍ਹਾਂ ਦੀ ਪਰਸੈਂਟੇਜ ਬਹੁਤ ਘੱਟ ਸੀ, ਉਹਨਾਂ ਨੂੰ ਰਿਜੈਕਟ ਕਰਤਾ ਜਾਏਗਾ, ਜਿਹੜੇ ਸਟਰੋਂਗ ਕੇਸਿਸ ਨੇ ਉਹਨਾਂ ਨੂੰ ਵੀਜ਼ਾ ਸੌਖਾ ਦਿੱਤਾ ਜਾਏਗਾ। ਸੋ ਐਡਵਾਂਸ ਡਿਪਲੋਮਾ ਟੇਫਸ ਨੂੰ ਕਿਤੇ ਨਾ ਕਿਤੇ ਐਡਵਾਂਟੇਜ ਹੋਣ ਵਾਲੀ ਸਰਕਾਰੀ ਕਾਲਜਸ ਨੂੰ, ਮੈਂ ਨਹੀਂ ਕਰਿਆ, ਪ੍ਰਾਈਵੇਟ ਦੇ ਵੀਜ਼ਾਸ ਨਹੀਂ ਆਉਣਗੇ, ਆਉਣਗੇ, ਅਸੀਂ ਵੀ ਪ੍ਰਾਈਵੇਟ ਕਾਲਜ ਪ੍ਰਮੋਟ ਕਰਦੇ ਹਾਂ, ਪਰ ਜਿਹੜੇ ਬਹੁਤ ਵੀਕ ਅਕੈਡਮਿਕ ਪ੍ਰੋਫਾਈਲ ਆ, ਕਿਤੇ ਨਾ ਕਿਤੇ ਡਰ ਲੱਗ ਰਿਹਾ ਕਿ ਉਹਨਾਂ ਦੇ ਰਿਫਿਊਜ਼ਲਸ ਨਾ ਆਵੇ। ਪਰ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਮਾਰਕੀਟ 'ਚ ਧਾਰਨਾ ਬਣ ਗਈ ਕਿ ਹੁਣ ਜੀ ਆਸਟ੍ਰੇਲੀਆ ਨੇ ਵੀਜ਼ਾ ਦੇਣੇ ਬੰਦ ਕਰਦੇ ਹਾਂ। ਸੋ ਨਾ ਕੋਈ ਬੰਦ ਕੀਤੇ, ਨਾ ਕੋਈ ਖੋਲ੍ਹੇ ਹਾਂ। ਯੈਸ, ਥੋੜ੍ਹੇ ਬਦਲਾਵ ਆਸਟ੍ਰੇਲੀਆ 'ਚ ਅਸੀਂ ਦੇਖਣ ਨੂੰ ਆਉਣ ਵਾਲੇ ਹੋਣਗੇ, ਅਕੈਡਮਿਕ ਪਰਸੈਂਟੇਜ ਅਤੇ ਸਬਜੈਕਟਸ ਨੂੰ ਲੈ ਕੇ ਜੋ ਅੱਜ ਤੋਂ 6 ਮਹੀਨੇ ਪਹਿਲਾਂ ਹੋਇਆ ਸੀ, ਉਹੋ ਜਿਹੇ ਹਾਲਾਤ ਹੋਣਗੇ ਕਿ ਬਹੁਤੇ ਵੀਕ ਬੱਚੇ ਆਸਟ੍ਰੇਲੀਆ ਨਹੀਂ ਪਹੁੰਚ ਪਾਣਗੇ। ਜੀ ਬਿਲਕੁਲ ਦਰਸ਼ਕੋ, ਯਾਨੀ ਕਿ ਆਸਟ੍ਰੇਲੀਆ ਜੇ ਤੁਸੀਂ ਜਾਣਾ ਚਾਹੁੰਦੇ, ਐਡਵਾਂਸ ਡਿਪਲੋਮਾ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ, ਤਾਂ ਬੜਾ ਹੀ ਸੋਚ ਸਮਝ ਲੈਣਾ ਚਾਹੀਦਾ ਆ। ਅਤੇ ਜਾਂਦੇ ਜਾਂਦੇ ਝਾਤ ਪਾਉਂਦੇ ਹੁਣ ਕੈਨੇਡਾ 'ਤੇ, ਕਿਉਂਕਿ ਕੈਨੇਡਾ ਦੇ ਵੀ ਮੇਨ ਇਨਟੇਕ ਵਾਸਤੇ ਸਟੂਡੈਂਟਸ ਪ੍ਰਪੇਅਰ ਹੋ ਰਹੇ ਨੇ। ਸੋ ਖਾਸ ਤੌਰ 'ਤੇ ਜਿਹੜੀਆਂ ਹੁਣ ਤਿਆਰੀਆਂ ਨੇ ਕੀ ਹੋ ਰਹੀਆਂ ਨੇ, ਕਿ ਤਾਂ ਕਿ ਜਿਹੜੀਆਂ ਸਪਟੰਬਰ ਇਨਟੇਕ ਦੀਆਂ ਕਮੀਆਂ ਹੈ ਜਾਂ ਜਨ ਇਨਟੇਕ ਦੀਆਂ ਕਮੀਆਂ ਦੁਬਾਰਾ ਨਾ ਦੁਹਰਾਈਆਂ ਜਾਣ? ਚਵੀ, ਅਕੈਡਮਿਕ ਪਰਸੈਂਟੇਜ ਦੀ ਮੈਂ ਪਹਿਲਾਂ ਵੀ ਗੱਲ ਕੀਤੀ, ਮੈਥਸ ਦੀ ਪਹਿਲਾਂ ਵੀ ਗੱਲ ਕਰਦਾ, ਮੈਂ ਸਬਜੈਕਟਸ ਨੂੰ ਵੀ ਕਰਦਾ, ਇਹੀ ਥੰਮਲੇ ਰਹਿਣੇ ਹੈ ਮਈ ਇਨਟੇਕ ਦੇ। ਮਈ ਇਨਟੇਕ ਦੀ ਸਿਰਫ ਇੱਕੋ ਕਮੀ ਹੈ ਕਿ ਆਪਾਂ ਨੂੰ ਛੇਤੀ ਅਪਲਾਈ ਕਰਨਾ ਪੈਣਾ ਆ, ਬਿਕੋਜ਼ ਕੰਡੀਸ਼ਨਲ ਆਫ ਲੈਟਰ ਦੀ ਡੇਟਾਂ ਮੁੱਕਦੀਆਂ ਜਾ ਰਹੀਆਂ। ਪਰ ਮਈ 'ਚ ਐਤਕੀ ਚੰਗੀ ਗੱਲ ਇਹ ਹੈ ਕਿ ਅੱਗੇ ਨਾਲੋਂ ਕੋਰਸਿਸ ਜ਼ਿਆਦਾ ਓਪਨ ਨੇ, ਸੋ ਕਾਫੀ ਹੱਦ ਤੱਕ, ਔਰ ਕੋਈ ਨਵੇਂ ਪ੍ਰੋਗਰਾਮਸ ਵੀ ਆਏ ਹੈ, ਜਿੱਦਾਂ ਹੁਣ ਅੱਜ ਕੱਲ੍ਹ ਲੋਜਿਸਟਿਕ ਮੈਨੇਜਮੈਂਟ ਦਾ ਪ੍ਰੋਗਰਾਮ ਵੀ ਉੱਥੇ ਥੋੜ੍ਹਾ ਬਹੁਤ ਆਏ ਹੈ, ਪ੍ਰੋਜੈਕਟ ਮੈਨੇਜਮੈਂਟ ਦੇ ਪ੍ਰੋਗਰਾਮਸ ਵੀ ਹੈਗੇ ਨੇ, ਅੰਡਰ ਗ੍ਰੈਜੂਏਟ ਲੈਵਲ 'ਤੇ ਮਈ ਤਕਰੀਬਨ ਖੁੱਲ੍ਹਾ। ਸੋ ਜੇ ਵੀ ਮਈ ਇਨਟੇਕ ਦੇ ਵਿੱਚ ਐਤਕੀ ਜਿਹੜੇ ਖਾਸ ਕਰ 2014 ਵਾਲੇ ਬੱਚੇ ਨੇ, ਉਹਨਾਂ ਨੂੰ ਥੋੜ੍ਹਾ ਬਹੁਤ ਇਹਨੂੰ ਸੀਰੀਅਸ ਲੈਣਾ ਪੈਣਾ, ਕਿਉਂਕਿ ਉਹਨਾਂ ਲਈ ਕਿਸਮ ਦਾ ਲਾਸਟ ਚਾਂਸ ਹੈ, ਕਿਉਂਕਿ ਵੀਜ਼ਾ ਆਫਿਸਰ ਮੁੜ ਕੇ ਦੇਖਦਾ ਵੀ ਤੂੰ 2 ਸਾਲ ਹੋ ਗਏ ਕੁਛ ਕੀਤਾ ਨਹੀਂ। ਸੋ 14 ਵਾਲਾ ਬੱਚਾ ਅਪਲਾਈ ਕਰਨ ਨੂੰ ਕਾਲਾ ਪਵੇ, ਜਿਹੜਾ 15 ਪਾਸ ਆਊਟ ਬੱਚਾ ਹੈ, ਡਿਗਰੀ ਹੋਲਡਰ ਹੈ, ਉਹਨੂੰ ਕਾਲੇ ਪੈਣ ਦੀ ਲੋੜ ਨਹੀਂ। ਪਲੱਸ 2 ਵਾਲੇ ਬੱਚੇ ਨੂੰ ਆਈਡਲੀ ਚਾਹੀਦਾ ਕਿ ਅਪਲਾਈ ਕਰ ਲਵੇ ਜੇ ਉਹਨੂੰ ਰਿਲੇਟਡ ਕੋਰਸ ਮਿਲਦਾ, ਰਿਲੇਟਡ ਸਿਟੀ 'ਚ ਮਿਲਦਾ ਅਤੇ ਰਿਲੇਟ ਵਾਂਟਡ ਕਾਲਜ 'ਚ ਮਿਲਦਾ। ਹਾਂ, ਹੁਣ ਆਪਾਂ ਦੂਜੇ ਪਾਸੇ ਜ਼ਿੱਦ 'ਤੇ ਨਾ ਰਹੀਏ ਕਿ ਫਲਾਣੇ ਕਾਲਜ 'ਚ ਐਤਕੀ ਪ੍ਰੋਗਰਾਮ ਹੈ ਨਹੀਂ ਜੀ, ਮੈਂ ਤਾਂ ਕੈਨੇਡਾ ਮਈ ਇਨਟੇਕ 'ਚ ਨਹੀਂ ਜਾਣਾ। ਸੋ ਹਾਲਾਂਕਿ ਵੀਜ਼ਾ ਆਪਣੀ ਕਾਬਲੀਅਤ 'ਤੇ ਮਿਲਣਾ, ਪਰਮਾਤਮਾ ਦੀ ਨਜ਼ਰ ਦੇ ਨਾਲ ਮਿਲਣਾ, ਪਰ ਅਨਡਿਊਲੀ ਆਪਾਂ ਆਪਣੀ ਜ਼ਿੰਦਗੀ 'ਚ ਕਰੀਅਰ ਦੇ ਵਿੱਚ ਗੈਪਸ ਬਿਲਟ ਨਾ ਕਰੀਏ। ਆਪਾਂ ਇੱਕ ਓਵਰ ਕੌਨਫੀਡੈਂਸ 'ਚ ਨਾ ਰਹੀਏ ਕਿ ਮੇਰਾ ਤਾਂ ਨੰਬਰ ਬਣਿਆ, ਮੈਂ ਤਾਂ ਅਗਲੇ ਸਪਤੰਬਰ 'ਚ ਵੀ ਲੈ ਜੂੰਗੇ। ਸੋ ਇਕੱਲਾ ਹਿੰਦੁਸਤਾਨ ਬਾਹਰ ਜਾਣ ਨੂੰ ਸ਼ੌਕੀਨ ਨਹੀਂ ਹੈ, ਦੁਨੀਆ ਭਰ ਦੇ ਵਿੱਚ 45 ਮਿਲੀਅਨ ਬੰਦਾ ਹਰ ਸਾਲ ਇੱਧਰੋਂ ਉੱਧਰ ਪੜ੍ਹਨ ਜਾਂਦਾ ਆ। ਦੂਜੇ ਪਾਸੇ ਕੈਨੇਡਾ ਦੇ ਵਿੱਚ ਅੱਜ ਜੇ ਹਿੰਦੁਸਤਾਨ ਤੋਂ ਲਗਭਗ 35-40 ਹਜ਼ਾਰ ਬੱਚਾ ਜਾ ਰਿਹਾ, ਚੀਨ 1,10,000 ਬੱਚਾ ਭੇਜ ਰਿਹਾ, ਹੋਰ ਬੜੇ ਮੁਲਕਾਂ ਤੋਂ ਬੱਚਾ ਆ ਰਿਹਾ। ਸੋ ਜਿਹੜੀ ਇਨਟੇਕ ਦੇ ਵਿੱਚ ਆਪਾਂ ਨੂੰ ਕੋਰਸ ਚੰਗਾ ਮਿਲਦਾ ਹੋਵੇ, ਆਪਾਂ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਦੂਜੇ ਦੁਨੀਆ ਭਰ 'ਚੋਂ ਬੱਚੇ ਵੀ ਉਸ ਕੋਰਸ 'ਚ ਐਡਮਿਸ਼ਨ ਲੈਣ ਨੂੰ ਉਤਾਵਲੇ ਨੇ ਜਿਹਦੇ 'ਚ ਅਸੀਂ ਲੈਣੇ ਚਾਹ ਰਹੇ ਹਾਂ। ਸੋ ਅਨਡਿਊਲੀ ਆਪਣੇ ਲਈ ਗੈਪਸ ਨਾ ਬਿਲਡ ਕਰੀਏ। ਜੇ ਕੰਸਰਨਡ ਪ੍ਰੋਗਰਾਮ ਮਿਲਦਾ, ਮੈਂ ਬਾਰ ਬਾਰ ਰਿਪੀਟ ਕਰ ਰਿਹਾ ਕਿ ਜਿਹੜਾ ਪ੍ਰੋਗਰਾਮ ਆਪਾਂ ਚਾਹੁੰਦੇ ਹਾਂ, ਜੇ ਉਹੀ ਪ੍ਰੋਗਰਾਮ ਮਿਲ ਰਿਹਾ ਤਾਂ ਆਪਾਂ ਮਈ ਇਨਟੇਕ ਨੂੰ ਇਗਨੋਰ ਨਾ ਕਰੀਏ। ਜੀ ਬਿਲਕੁਲ ਦਰਸ਼ਕੋ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਤਿੰਨੋਂ ਕੰਟਰੀਜ਼ ਜਿਹੜੀਆਂ ਹੈਗੀਆਂ ਬੜੀਆਂ ਹੀ ਹੁਣ ਇਸ ਤਰ੍ਹਾਂ ਦੇ ਕ੍ਰੂਸ਼ਲ ਸਟੇਜ 'ਤੇ ਨੇ, ਜਿੱਥੇ ਤੁਹਾਨੂੰ ਬੜੀਆਂ ਹੀ ਸੋਚ ਸਮਝ ਕੇ ਆਪਣੀ ਫਾਈਲ ਨੂੰ ਪ੍ਰੋਸੈਸ ਕਰਾਉਣਾ ਹੋਣਾ। ਹੁਣ ਹਮੇਸ਼ਾ ਇੱਕ ਐਕਸਪਰਟ ਦੀ ਸਲਾਹ ਲਓ ਜਿਹਨਾਂ ਨੂੰ ਘੱਟ ਤੋਂ ਘੱਟ 10 ਸਾਲ ਦਾ ਐਕਸਪੀਰੀਅੰਸ ਹੋਵੇ। ਸੋ ਗੋ ਗਲੋਬਲ ਇੱਦਾਂ ਦਾ ਐਕਸਪੀਰੀਅੰਸ 'ਚੋਂ ਇੱਕ ਹੈ। ਜੇ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ, ਮਿਲ ਸਕਦੇ ਹੋ, ਉਹਨਾਂ ਦੇ ਐਡਰੈਸ, ਫੋਨ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਸਾਡੀ ਟੀਵੀ ਸਕਰੀਨ 'ਤੇ, ਤੁਸੀਂ ਨੋਟ ਕਰ ਸਕਦੇ ਹੋ ਅਤੇ ਕਦੇ ਵੀ ਅਪੁਆਇੰਟਮੈਂਟ ਲੈ ਕੇ ਇਹਨਾਂ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਆਫਿਸਿਸ ਨੇ ਵਿਜ਼ਿਟ ਕਰ ਸਕਦੇ ਹੋ, ਜਲੰਧਰ, ਅੰਮ੍ਰਿਤਸਰ, ਰੁਦਰਪੁਰ, ਮੋਗਾ ਅਤੇ ਚੰਡੀਗੜ੍ਹ।